ਇੱਕ ਮਿੰਟ ਗੱਲ ਤੇ ਸੁਣ ਲਾ, ਜੇ ਤੇਰੀ ਇਹ ਪੈਲੀ ਹੋਊ ਨਾ ਜਿੰਨਾ ਤੇਰਾ ਨੁਕਸਾਨ ਉਹ ਤੇਰਾ ਪੂਰਾ ਕਰਦਾ, ਤੇ ਜੇ ਪੰਚਾਇਤ ਹੋਈ ਫੇਰ ਯਾਰ ਅਸੀਂ ਨਹੀਂ ਨਹੀਂ ਜੇ ਪੰਚਾਇਤ ਹੋਈ ਫੇਰ ਅਸੀਂ ਛੱਡ ਦਾਂਗੇ ਤੇ ਫਿਰ ਆਪਾਂ ਰੌਲਾ ਕਾਹਤੋਂ ਪਾਈ ਜਾਂਦੇ ਆ। ਤੈਨੂੰ ਤੇ ਕਹਿਤਾ ਕੱਲ ਨੂੰ ਮਿਲਦੀ ਹੋਈ ਹੁਣ ਬੀਬੀ ਆਪ ਹੀ ਮੰਨੀ ਜਾਂਦੀ ਅਸੀਂ ਠੇਕਾ ਦੇਣ ਨੂੰ ਤਿਆਰ ਆ, ਤੇ ਤੂੰ ਬੀਬੀ ਪਹਿਲਾਂ ਠੇਕਾ ਦੇ ਦਿੰਦੀ ਹੁਣ ਤੂੰ ਇੱਕ ਮਿੰਟ ਬੀਬੀ, ਇਹ ਤੂੰ ਮੰਨਦੀ ਨਾ ਪੰਚਾਇਤੀ ਆ, ਤੂੰ ਠੇਕਾ ਦੇਣ ਨੂੰ ਤਿਆਰ ਹੈ, ਦੇਣ ਨੂੰ ਤਿਆਰ ਹੈ ਨਾ, ਅਤੇ ਬਸ ਗੱਲ ਮੁੱਕੀ, ਤੂੰ ਠੇਕਾ ਦਿਓ ਸਾਡੀ ਵੀ ਪੂਰੀ ਕਰੋ ਵੀਰ ਜੀ, ਸਾਡੀ ਵੀ ਪੂਰੀ ਕਰੋ ਜਿਹੜੀ ਸਾਡੀ ਗੱਲ ਨੂੰ ਕਹਿ ਦੇਗਾ, ਹੋਰ ਕਿਵੇਂ ਹੋਣਾ ਹੁਣ ਤੈਨੂੰ ਕਿਵੇਂ ਕਹਿਣ ਤੈਨੂੰ ਕਹਿਤਾ ਮੰਗ ਕੀ ਕਰਦੇ ਹੋ ਮੰਤਰੀ ਸਾਹਿਬ, ਮੰਗ ਅਸੀਂ ਇਹ ਕਰਦੇ ਸਾਡੀਆਂ ਨੇ ਖੋਟਾਂ ਪੂਰੀਆਂ ਕੀਤੀਆਂ, ਜਿਵੇਂ ਜੇਠ ਵੀ ਜੀ ਤੂੰ ਬਾਹਰ ਆਪਣੀ ਬੋਲੀ ਪਰ ਚੜਾ ਦਿੱਤੀ ਜਾਵੇ, ਜਿਹੜੀ ਆਪੇ ਸਾਨੂੰ ਖਰਚਾ ਦਿੱਤਾ ਜਾਂਦਾ ਕਣਕ ਦਾ, ਕਿਹੜੀ ਬਿਜਾਈ ਕਰੀ ਕੀ ਨਾਮ ਹੈ ਤੁਹਾਡਾ ਜੀ, ਸੁਖਦੇਵ ਸਿੰਘ, ਜਿਹੜਾ ਐਕਸ਼ਨ ਕਰਿਆ ਜਾ ਰਿਹਾ ਸਰਕਾਰ ਵੱਲੋਂ ਲੱਗਦਾ ਧੱਕਾ ਵੀ ਇਹ ਧੱਕਾ ਹੋ ਰਿਹਾ ਤੁਹਾਡੇ ਸਾਹਮਣੇ ਜੀ, ਧੱਕਾ ਹੋ ਰਿਹਾ ਤੇ ਹੁਣ ਤੁਹਾਡੀ ਕੀ ਗੱਲਬਾਤ ਹੋਈ ਆ, ਕਰਾ ਰਿਹਾ ਤਾਂ ਪਿੰਡ ਚ ਕੋਈ ਪਤਾ ਨਹੀਂ ਕਿਸੇ ਦੀ ਗੱਲ ਕੀ ਹੋਈ, ਮੰਤਰੀ ਸਾਹਿਬ ਕਹਿੰਦੇ ਸਾਡੀ ਅਸੀਂ ਤਰਲੀ ਕਰਾਉਂਗੇ, ਸਾਡੀ ਮਿਹਨਤ ਦੀ ਮਿਹਨਤੀ ਕਰੂਗੇ ਸਾਰੀ, ਅਸੀਂ ਕਹਿੰਦੇ ਸਾਰੇ ਪਿੰਡ ਦੀ ਜ਼ਮੀਨ ਛਡਾ ਕੇ ਪਿੰਡ ਪਰ ਪੈਸਾ ਲੱਗੂਗਾ, ਅਸੀਂ ਹੱਕ ਹੱਕ ਵੀ ਚਾਹੀਦਾ ਪਰ ਸਾਰੀ ਛਡਾਓ ਜਿੰਨੀ ਵੀ ਹੈ ਸਾਰਾ ਪੈਸਾ ਪਿੰਡ ਕੇ ਕੰਮ ਕਰੋ ਜੀ, ਸਾਰਿਆਂ ਨੂੰ ਗਾਇਨੇ ਕੇ ਸਹਿਤੀਆਂ ਕਰੋ, ਇਹ ਕਹਿੰਦੇ ਪਿੰਡ ਦਾ ਬੰਦਾ ਨਹੀਂ, ਸਾਰੇ ਅਸੀਂ ਪਿੰਡ ਦੇ ਕਹਿੰਦੇ, ਬਾਕੀ ਤਾਂ ਉੱਪਰੇ ਬੰਦੇ ਕੋਈ ਹਰਦਾ ਬੰਦਾ ਕੋਈ ਕਰੀ ਦਾ। ਅੱਛਾ ਸਰਪੰਚ ਸਾਹਿਬ ਵੱਲੋਂ ਕਿਹਾ ਗਿਆ ਵੀ ਜਦੋਂ ਅਫਸਰ ਆਏ ਸੀਗੇ ਤਾਂ ਉਹ ਵੀ ਮੌਜੂਦ ਸੀ, ਅਸੀਂ ਆ ਕੇ ਆਹ ਬਹੁਤ ਹੀ ਜੰਮੀ ਹੋਈ ਕਣਕ ਬਹੁਤ ਹੀ, ਉਹ ਤੁਸੀਂ ਕਹਿੰਦੇ ਅਸੀਂ ਆ ਕਰਦੇ ਸਰਕਾਰ ਆ ਕਰਦੇ ਵੋਟਾਂ ਲੈਣ ਨੂੰ ਸਾਡੇ ਕੋਲ ਆ ਜਾਂਦੇ ਹੱਥ ਨਾਲ ਬੰਨ ਕੇ, ਹੁਣ ਸਾਡੇ ਇਹ ਲਾਗੇ ਬਹੁਤ ਖੇਤ ਆ ਕੇ ਸਾਡੀ ਜ਼ਮੀਨ ਪੂਰੀ ਕਰ ਦੋ ਜੀ, ਅਸੀਂ ਦੇਣ ਨੂੰ ਠੇਕਾ ਦੇਣ ਨੂੰ ਤਿਆਰ ਹੈ ਜੀ, ਪਰ ਅਸੀਂ ਫਸਲ ਵਿੱਚ ਦੇ ਕੱਟੂ, ਅਸੀਂ ਠੇਕਾ ਦੇਣ ਨੂੰ ਤਿਆਰ ਹੈ, ਜ਼ਬਰਦਸਤੀ ਨਾ ਤੁਸੀਂ ਸਾਡੇ ਛਡਾਓ। ਚੁਕੌਤੇ ਤੇ ਜ਼ਮੀਨਾਂ ਚੜੀਆਂ ਘੱਟ ਤੋਂ ਘੱਟ 10-12 ਕਰੋੜ ਰੁਪਈਆ ਜਿਹੜੀ ਇਨਕਮ ਸਾਡੀ ਜਿਹੜੀ ਠੇਕੇ 'ਤੇ ਚੜੀ ਜ਼ਮੀਨ ਉਹਦੇ ਤੋਂ ਹੀ ਵੱਧ ਗਈ ਆ, ਅਤੇ ਕਈ ਇਹੋ ਜਿਹੀਆਂ ਕਮਰਸ਼ੀਅਲ ਜ਼ਮੀਨਾਂ ਜਿਹੜਾ ਇੱਕ ਇੱਕ ਏਕੜ ਦਾ ਜਿਹੜਾ 5-5, 7-7 ਕਰੋੜ ਰੁਪਈਆ ਵੀ ਰੇਟ ਆ। ਆਹ ਹੁਣ ਅਸੀਂ ਡੇਰਾ ਬੱਸੀ ਜ਼ਮੀਨ ਜਿਹੜੀ ਛਡਾਈ ਸੀ ਪਿੱਛੇ ਜੇ 100 ਏਕੜ ਦੇ ਕਰੀਬ ਸੀ, ਉਹ ਵੀ ਜ਼ਮੀਨ ਘੱਟ ਤੋਂ ਘੱਟ 5-7 ਕਰੋੜ ਨੂੰ ਕਿੱਲੇ ਵਾਲੀ ਸੀ, ਅਤੇ ਅੱਜ ਜਿਹੜੀ ਹੁਣ ਆਹ ਆਪਣੀ ਜ਼ਮੀਨ ਆ ਇਹ ਵੀ ਘੱਟ ਤੋਂ ਘੱਟ 1 ਕਰੋੜ ਰੁਪਈਏ ਦਾ ਕਿੱਲਾ ਘੱਟ ਤੋਂ ਘੱਟ ਲਾਗੇ। ਤੁਸੀਂ ਵੇਖਿਆ ਹੀ ਆ ਕਿ ਚੰਡੀਗੜ੍ਹ ਸ਼ਹਿਰ ਆ, ਅਤੇ ਇੱਥੇ ਵੱਡੇ ਵੱਡੇ ਫਾਰਮ ਹਾਊਸ ਆ, ਨਾਲ ਦੇ ਪਿੰਡ 'ਚ ਹੀ ਵੱਡੇ ਵੱਡੇ ਲੋਕਾਂ ਨੇ, ਅਫਸਰਾਂ ਨੇ,
ਤਕੜੇ ਲੋਕਾਂ ਨੇ ਫਾਰਮ ਹਾਊਸ ਬਣਾਏ ਆ ਤੇ ਇਹ ਵੀ ਜ਼ਮੀਨ ਜਿਹੜੀ ਆ ਘੱਟ ਤੋਂ ਘੱਟ 100 ਕਰੋੜ ਦੀ ਕੀਮਤ ਵਾਲੀ ਜ਼ਮੀਨ ਹੈ, ਇਹ 85 ਏਕੜ ਜਿਹਦਾ ਅੱਜ ਆਪਾਂ ਦਖਲ ਲਿਆ। ਇਸੇ ਤਰ੍ਹਾਂ ਵੱਡੀ ਗੱਲ ਤਾਂ ਇਹ ਆ ਵੀ ਜਿਹੜੀ ਸਰਕਾਰ ਦੀ ਪੰਜਾਬ ਦੇ ਲੋਕਾਂ ਦੀ ਜਾਇਦਾਦ ਆ ਉਹ ਅਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਨੂੰ ਵਾਪਸ ਦਵਾ ਰਹੇ ਹਾਂ, ਨਹੀਂ ਤਾਂ ਪਹਿਲੀਆਂ ਸਰਕਾਰਾਂ 'ਚ ਆਪਾਂ ਵੇਂਦੇ ਰਹੇ ਹਾਂ। ਜੇ ਕੋਈ ਮੁਹਿੰਮ ਚੱਲਣੀ ਤਾਂ ਮੁਹਿੰਮ ਦੇ ਵਿੱਚ ਜੇ ਕੋਈ 200-400-500 ਕਿੱਲੇ ਦਾ ਕਿਤੇ ਦਖਲ ਲੈਣਾ 5 ਸਾਲਾਂ ਦੇ ਵਿੱਚ ਤਾਂ ਉਹਦੇ ਨਾਲ ਡਬਲ ਆਪਦੇ ਸਾਥੀਆਂ ਨੂੰ ਚੇਤਿਆਂ ਨੂੰ ਕਬਜ਼ੇ ਕਰਾ ਦੇਣੇ। ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ ਨਾ ਤਾਂ ਕੋਈ ਸਾਡਾ ਸੰਗੀ ਸਾਥੀ ਅਤੇ ਨਾ ਕੋਈ ਸਾਡਾ ਲੀਡਰ ਅਤੇ ਨਾ ਕੋਈ ਸਾਡਾ ਵਰਕਰ, ਕਿਸੇ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਕਿ ਜਿਹਦੇ ਨਾਲ ਕੋਈ ਉਂਗਲ ਉਠਾਵੇ ਕਿ ਆਮ ਆਦਮੀ ਪਾਰਟੀ ਦੇ ਕਿਸੇ ਵਰਕਰ ਨੇ ਪੰਚਾਇਤੀ ਜ਼ਮੀਨ 'ਤੇ, ਸ਼ਾਮਲਾਟ ਜ਼ਮੀਨ 'ਤੇ ਜਾਂ ਕਿਸੇ ਵੀ ਸਰਕਾਰੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਵੇ। ਅਤੇ ਆਉਣ ਵਾਲੇ ਸਮੇਂ 'ਚ ਜਿੰਨੀਆਂ ਵੀ ਸਾਡੀਆਂ ਜ਼ਮੀਨਾਂ ਨੇ ਉਹ ਜਲਦ ਤੋਂ ਜਲਦ ਅਸੀਂ ਛਡਾ ਕੇ ਪੰਚਾਇਤ ਦੇ ਅਧੀਨ ਲੈ ਕੇ ਆਵਾਂਗੇ ਤਾਂ ਜੋ ਸਾਡੀ ਪੰਜਾਬ ਸਰਕਾਰ ਦੀ ਇਨਕਮ ਵਧੇ, ਪਿੰਡਾਂ ਦੇ ਵਿੱਚ ਇਹਨਾਂ ਪੈਸਿਆਂ ਨਾਲ ਵਿਕਾਸ ਹੋ ਸਕੇ। ਮਤਲਬ ਸਾਹਿਬ ਇਸ ਜ਼ਮੀਨ ਦੇ ਵਿੱਚ ਕਿਸੇ ਪੋਲੀਟੀਕਲ ਕੋਈ ਦਖਲ ਨਾ ਜੀ ਕੋਈ ਹੋਵੇ ਜਾਂ ਕਿਸੇ ਦਾ ਹੋਰ ਦਾ ਕਬਜ਼ਾ ਨਾਮਵਰ ਸ਼ਖਸੀਅਤ ਦਾ ਹੋਵੇ? ਦੇਖੋ ਜਿਹੜੇ ਪਿਛਲੀਆਂ ਸਰਕਾਰਾਂ ਅਤੇ ਪੋਲੀਟੀਕਲ ਬੰਦਿਆਂ ਦੀ ਜਿਹੜੀ ਆ ਪ੍ਰਸਤੀ ਰਹੀ ਆ, ਇਹਨਾਂ ਦੇ ਉੱਤੇ ਸ਼ਹਿ ਵੀ ਰਹੀ ਆ, ਪੋਲੀਟੀਕਲ ਬੰਦਿਆਂ ਨੇ ਹੀ ਇਹ ਕਬਜ਼ੇ ਕਰਾਏ ਆ ਆਪਦੇ ਸੰਗੀਆਂ ਸਾਥੀਆਂ ਨੂੰ ਜਾਂ ਇੰਡਸਟਰੀਅਲ ਜਿਹੜੇ ਸਨ ਉਹਨਾਂ ਲੋਕਾਂ ਨੂੰ। ਅਤੇ ਹੁਣ ਸਾਡੀ ਸਰਕਾਰ ਦੇ ਵਿੱਚ ਨਾ ਤਾਂ ਸਾਡਾ ਕੋਈ MLA, ਨਾ ਸਾਡਾ ਕੋਈ ਮੰਤਰੀ ਅਤੇ ਨਾ ਕੋਈ ਸਾਡਾ ਵਰਕਰ ਕਿਸੇ ਦੀ ਸਪੋਰਟ ਨਹੀਂ ਕਰਦਾ। ਅਤੇ ਆਉਣ ਵਾਲੇ ਸਮੇਂ 'ਚ ਭਾਵੇਂ ਕੋਈ ਜਿੱਡਾ ਮਰਜ਼ੀ ਵੱਡਾ ਪੋਲੀਟੀਸ਼ੀਅਨ ਹੋਵੇ, ਤਗੜਾ ਰਸੂਖਦਾਰ ਬੰਦਾ ਹੋਵੇ, ਜਿਹਦੇ ਕੋਲ ਵੀ ਸਾਡੀ ਪੰਚਾਇਤੀ ਸ਼ਾਮਲਾਟ ਆਬਾਦੀ ਦੇ ਪੰਚਾਇਤ ਦੀ ਕੋਈ ਵੀ ਜ਼ਮੀਨ ਹੋ ਉਹਦਾ ਅਸੀਂ ਦਖਲ ਲਵਾਂਗੇ ਅਤੇ ਪੰਜਾਬ ਸਰਕਾਰ ਦੇ ਅਧੀਨ ਲੈ ਕੇ ਆਵਾਂਗੇ। ਜਿਹੜਾ ਤੁਹਾਡਾ ਕਾਂਗਰਸ ਇਹ ਦੱਸਦੇ ਆ ਵੀ ਕੋਈ ਇੰਦਰਜੀਤ ਸਿੰਘ ਆ ਜਿਹੜਾ ਇੰਡਸਟਰੀਅਲ ਆ ਦਿੱਲੀ ਬੰਬੇ 'ਚ ਜਿਹਦੀ ਪ੍ਰਾਪਰਟੀ ਆ, ਅਤੇ ਇੱਥੇ ਉਹਦੀ ਆਪਦੀ ਵੀ ਜ਼ਮੀਨ 100 ਏਕੜ ਦੇ ਕਰੀਬ ਆਪਦੀ ਜ਼ਮੀਨ ਆ, ਅਤੇ ਇਹ ਸਾਡੀ ਅੱਜ ਜਿਹੜੀ ਜ਼ਮੀਨ ਦਾ ਅਸੀਂ ਦਖਲ ਲਿਆ 85 ਏਕੜ ਦੇ ਕਰੀਬ ਜ਼ਮੀਨ ਆ ਅਤੇ ਪੂਰੀ ਉਪਜਾਊ ਕੀਮਤੀ ਤੁਸੀਂ ਕੈਮਰਾ ਮਾਰ ਕੇ ਵੇਖ ਸਕਦੇ ਜੇ ਇਹਦੇ 'ਚ ਅਮਰੂਦ ਦਾ ਬਾਗ ਲੱਗਾ, ਖੈਰ ਦੀ ਖੇਤੀ ਹੁੰਦੀ ਆ, ਉੱਤੇ ਪਹਾੜ ਆ ਸਾਡਾ ਅਤੇ ਇਹਦੇ ਉੱਤੇ ਖੈਰ ਦੇ ਦਰਖਤ ਆ ਜਿਹਦੇ ਤੋਂ ਕਰੋੜਾਂ ਰੁਪਈਆ ਅਸੀਂ ਜਿਹੜੀ ਇਹਨੂੰ ਕੱਟ ਕੇ ਇਹਦੀ ਇਨਕਮ ਲੈ ਸਕਦੇ ਹਾਂ। ਤਾਂ ਫਿਰ ਇਹ ਜ਼ਮੀਨ ਦੇ ਵਿੱਚ ਅਸੀਂ ਭਾਵੇਂ ਖੇਤੀ ਕਰ ਲਈਏ ਕਣਕ ਝੋਨੇ ਦੀ ਜਾਂ ਫਿਰ ਖੈਰ ਦੇ ਦਰਖਤ ਜਾਂ ਸਾਗਵਾਨ ਦੇ ਦਰਖਤ ਲਾ ਕੇ ਅਸੀਂ ਕਰੋੜਾਂ ਰੁਪਈਆ ਪੰਜਾਬ ਸਰਕਾਰ ਦੇ ਪੰਜਾਬ ਦੇ ਲੋਕਾਂ ਦੇ ਜਿਹੜੇ ਵਿਕਾਸ ਕਰਾਉਣੇ ਉਹਨਾਂ ਵਾਸਤੇ ਇੱਥੋਂ ਕਮਾ ਸਕਦੇ ਹਾਂ। ਅਤੇ ਇਹ ਜਿਹੜਾ 85 ਏਕੜ ਜ਼ਮੀਨ ਆ ਰੋਪੜ ਦੇ ਰੋਪੜ ਬਲਾਕ ਦਾ ਪਿੰਡ ਆ ਹਿਰਦੇਪੁਰ, ਅਤੇ ਉੱਥੋਂ ਦੀ ਹਰਨਾਮਪੁਰ ਪੰਚਾਇਤ ਹੈ ਸਾਡੀ, ਇਹ ਜ਼ਮੀਨ ਅੱਜ ਅਸੀਂ ਪਿੰਡ ਦੇ ਲੋਕਾਂ ਦੇ ਸਪੁਰਦ ਕਰਤੀ ਆ, ਪਿੰਡ ਦੀ ਪੰਚਾਇਤ ਦੇ ਸਪੁਰਦ ਕਰਤੀ ਆ, ਅਤੇ ਇਹਦੀ ਖੁੱਲ੍ਹੀ ਬੋਲੀ ਰੱਖੀ ਜਾਊਗੀ। ਅਤੇ ਨਾਲ ਹੀ ਮੈਂ ਸਾਰੇ ਅਫਸਰ ਸਾਹਿਬਾਨਾਂ ਨੂੰ ਇਹ ਨਸੀਹਤ ਵੀ ਕਰਤੀ ਆ, BDO ਨੂੰ, DDPO ਸਾਹਿਬ ਨੂੰ, ADC ਸਾਹਿਬ ਨੂੰ, ਸਾਡੇ ਜੁਆਇੰਟ ਡਾਇਰੈਕਟਰ ਨੇ ਅਤੇ ਸਾਰੇ ਅਫਸਰਾਂ ਨੂੰ ਨਾਲ ਨਸੀਹਤ ਆ ਕਿ ਜਿਹੜੇ ਬੰਦਿਆਂ ਦਾ ਇਹਦੇ 'ਤੇ ਕਬਜ਼ਾ ਉਹਨਾਂ ਬੰਦਿਆਂ ਨੂੰ ਬੋਲੀ 'ਚ ਵੀ ਨਹੀਂ ਸ਼ਾਮਿਲ ਹੋਣ ਦੇਣਾ, ਜਿਹੜੇ ਹੋਰ ਸਾਡੇ ਭਰਾ ਨੇ ਪਿੰਡ ਦੇ ਜਾਂ ਆਸੇ ਪਾਸੇ ਦੇ ਆ ਕੇ ਇੱਥੇ ਬੋਲੀ ਦੇਣ ਅਤੇ ਬੋਲੀ ਦੇ ਚਕੌਤੇ 'ਤੇ ਜ਼ਮੀਨ ਲੈਣ। ਇਹ ਜ਼ਮੀਨਾਂ ਨਾਲ ਮੈਂ ਇਹ ਵੀ ਦੱਸਦਾ ਆਪਦੇ ਭਰਾਵਾਂ ਨੂੰ, ਪਿੰਡਾਂ ਵਾਲਿਆਂ ਨੂੰ ਕਿ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ। ਜੇ ਕੋਈ ਭਾਵੇਂ ਜਿੱਡਾ ਮਰਜ਼ੀ ਤਗੜਾ ਬੰਦਾ ਆ ਜਾਂ ਕੋਈ ਪੋਲੀਟੀਸ਼ੀਅਨ ਆ, ਇੱਕ ਬੰਦੇ ਨੇ ਕਬਜ਼ਾ ਕੀਤਾ, ਆਪਾਂ ਨੂੰ ਸਾਰਿਆਂ ਨੂੰ ਏਕਤਾ ਕਰਨੀ ਚਾਹੀਦੀ ਹੈ, ਸਾਰਿਆਂ ਨੂੰ ਅੱਗੇ ਆ ਕੇ ਆਪਦੇ ਪਿੰਡ ਦੀਆਂ ਜ਼ਮੀਨਾਂ ਜਿਹੜੀਆਂ ਉਹ ਛਡਾ ਕੇ ਪੰਚਾਇਤ ਦੀ ਆਮਦਨ ਵਧਾਉਣੀ ਚਾਹੀਦੀ ਆ। ਜਿਵੇਂ ਹੁਣ 85 ਏਕੜ ਜ਼ਮੀਨ ਆ ਸਾਡੀ, ਬੜੀ ਉਪਜਾਊ ਜ਼ਮੀਨ ਆ, ਅਤੇ 85 ਏਕੜ ਜੇ ਚਕੌਤੇ 'ਤੇ ਚੜ੍ਹਦੀ ਆ ਹਿਰਦੇਪੁਰ ਜਿਹੜੀ ਪੰਚਾਇਤ ਆ, ਹਰਨਾਮਪੁਰ ਪੰਚਾਇਤ ਆ, ਇਹਨੂੰ ਤਾਂ ਲੋੜ ਹੀ ਨਹੀਂ ਕਿਸੇ ਸਰਕਾਰੀ ਫੰਡ ਦੀ, ਇਹਨਾਂ ਪੈਸਿਆਂ ਨਾਲ ਹੀ ਇਹਨਾਂ ਦੋਵਾਂ ਜਿਹੜੇ ਪਿੰਡ ਆ ਇਹਦਾ ਵਿਕਾਸ ਹੋ ਸਕਦਾ ਆ, ਸੜਕਾਂ ਚੰਗੀਆਂ ਬਣ ਜਾਣਗੀਆਂ, ਚੰਗੇ ਸਕੂਲ ਦੀ ਬਿਲਡਿੰਗ ਬਣ ਜੂਗੀ, ਜੇ ਡਿਸਪੈਂਸਰੀ ਆ ਕੋਈ ਡਿਸਪੈਂਸਰੀ ਦੀ ਬਿਲਡਿੰਗ ਚੰਗੀ ਬਣ ਜੂਗੀ। ਅਤੇ ਇਹ ਤਾਂ ਚਾਹੀਦਾ ਲੋਕਾਂ ਨੂੰ ਆਪ ਅੱਗੇ ਆ ਕੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਤਾਂ ਜੋ ਇਹ ਜ਼ਮੀਨਾਂ ਛੁੱਟਣ। ਜਿਹੜੀਆਂ ਹੁਣ ਤੱਕ ਜ਼ਮੀਨਾਂ ਤੁਸੀਂ
ਇਹ ਤੇ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੈਸ਼ਨਲ ਕਨਵੀਨਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੋ ਸਾਨੂੰ ਹੁਕਮ ਲਾਉਣਗੇ ਸਾਡੇ ਲੀਡਰ ਅਸੀਂ ਉਹਨਾਂ ਦੇ ਹੁਕਮ ਤੇ ਪਹਿਰਾ ਦੇਵਾਂਗੇ ਪਾਰਟੀ ਦੇ ਵਫ਼ਾਦਾਰ ਸਿਪਾਹੀ ਆ ਜੋ ਸਾਨੂੰ ਹੁਕਮ ਲੱਗੂਗਾ ਉਹਦੇ ਅਨੁਸਾਰ ਅਸੀਂ ਚੱਲਾਂਗੇ ਸਮਝੌਤਾ ਮਨਜ਼ੂਰ ਹੈ ਜੇ ਹੁੰਦਾ ਤਾਂ ਇਹ ਦੇਖੋ ਜੇ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਸਮਝੌਤਾ ਕਰਨਗੇ ਤੇ ਅਸੀਂ ਤੇ ਉਹਨਾਂ ਦੇ ਹੁਕਮ ਦੇ ਵੱਧੇ ਆ ਜੋ ਹੁਕਮ ਲਾਉਣਗੇ ਅਸੀਂ ਉੱਥੇ ਮਾਨ ਸਾਹਿਬ ਵੀ ਕਹਿੰਦੇ ਸੀਗੇ ਵੀ ਕਾਂਗਰਸ ਇੱਕ ਪਾਰਟੀ ਸੀ ਇਸ ਤਰ੍ਹਾਂ ਦੇ ਬਿਆਨ ਵੀ ਉਹਨਾਂ ਦੇ ਆਏ ਆ ਵੀ ਖਤਮ ਹੋ ਗਈ ਕਾਂਗਰਸ ਤਾਂ ਦੇਖੋ ਅੱਜ ਆਪਾਂ ਅੱਜ ਇੱਥੇ ਦਖਲ ਲੈਣ ਆਏ ਆ ਆਪਾਂ ਜ਼ਮੀਨ ਦੀ ਗੱਲ ਕਰੀਏ ਤੇ ਗਾਂ ਹੋਰ ਜ਼ਮੀਨਾਂ ਦੇ ਦਖਲ ਲਈਏ ਤਗੜੇ ਹੋ ਕੇ ਪ੍ਰੈਸ ਵਾਲੇ ਵੀ ਸਾਡਾ ਸਾਥ ਦਿਓ ਤੇ ਆਪਾਂ ਸਾਰੇ ਕਬਜ਼ੇ ਲਈ ਮੰਤਰੀ ਸਾਹਿਬ ਜਿਹੜਾ ਘਰੌਲੀ ਬੈਰੀਅਰ ਦੇ ਨਾਲ ਥੋੜੀ ਜਿਹੜੀ ਕੀਮਤੀ ਜ਼ਮੀਨ ਪਈ ਹੈ ਉਹਦੇ ਵਿੱਚ ਜਿਹੜੀ ਹੈਗੀ ਨਜਾਇਜ਼ ਸਾਰੀਆਂ ਇੱਥੇ ਜਿਹੜੀ ਹੈਗੀ ਲੋਕਾਂ ਨੇ ਸ਼ਿਕਾਇਤ ਵੀ ਕੀਤੀ ਹੈ ਤੇ ਉਹਦੇ ਬਾਅਦ ਵੀ ਜਿਹੜੀ ਹੈ ਇਹ ਇਹ ਸਾਡੀ ਪੰਚਾਇਤ ਮਹਿਕਮੇ ਦੀ ਜਾਂ ਹੋਰ ਕਿਸੇ ਡਿਪਾਰਟਮੈਂਟ ਕਹਿਤਾ ਪੰਚਾਇਤੀ ਆਬਾਦੀ ਦੇ ਸ਼ਾਮਲਾਟ ਕੋਈ ਵੀ ਸਾਡੀ ਜਿਹੜੀ ਪੰਚਾਇਤ ਮਹਿਕਮੇ ਨਾਲ ਰਿਲੇਟਡ ਉਹਦਾ ਅਸੀਂ ਛੇਤੀ ਤੋਂ ਛੇਤੀ ਦਖਲ ਲਵਾਂਗੇ ਜਲਦੀ ਦਖਲ ਲਵਾਂਗੇ ਜੇ ਕਿਸੇ ਨੇ ਕੋਈ ਬਿਲਡਿੰਗ ਬਣਾਈ ਉਹਦੀ ਬਿਲਡਿੰਗ ਨੂੰ ਵੀ ਢਾਵਾਂਗੇ ਤੇ ਜੇ ਕੋਈ ਫੇਰ ਵੀ ਨਹੀਂ ਹਟਦਾ ਕਬਜ਼ਾ ਕਰਨ ਨੂੰ ਉੱਤੇ ਕਾਨੂੰਨੀ ਕਾਰਵਾਈ ਕਰਾਂਗੇ ਪਰਚਾ ਦਰਜ ਕਰਾਵਾਂਗੇ ਰੋਪੜ ਜ਼ਿਲ੍ਹੇ ਵਿੱਚ ਕੋਈ ਜਗ੍ਹਾ ਆਈਡੈਂਟੀਫਾਈ ਕੀਤੀਆਂ ਹੋਈਆਂ ਤੁਸੀਂ ਵੀ ਕਿੰਨੀਆਂ ਕਹੇ ਦੀਆਂ ਹੋਣਗੀਆਂ ਜਿਹੜੀਆਂ ਫਿਲਹਾਲ ਦੱਬੀਆਂ ਹੋਈਆਂ ਦੇਖੋ ਮਾਲੀ ਰੋਪੜ ਇਹ ਉਹ ਏਰੀਆ ਵਾ ਜਿੱਥੇ ਇੱਕ ਇੱਕ ਗਜ਼ ਜ਼ਮੀਨ ਜਿਹੜੀ ਲੱਖ ਲੱਖ ਰੁਪਈਏ ਨੂੰ ਆ ਤੇ ਬੜੀਆਂ ਪ੍ਰਾਈਮ ਲੈਂਡ ਜ਼ਮੀਨਾਂ ਹੈਗੀਆਂ ਇਹ ਚੀਜ਼ਾਂ ਜਿਹੜੀਆਂ ਗੱਲਾਂ ਜੇ ਆਪਾਂ ਇਸ ਤਰ੍ਹਾਂ ਪਬਲਿਕਲੀ ਦੱਸ ਦਈਏ ਤੇ ਲੋਕ ਫਿਰ ਹਾਈ ਕੋਰਟ ਸੁਪਰੀਮ ਕੋਰਟ ਦਾ ਰੁਖ ਕਰ ਲੈਂਦੇ ਆ ਇਸ ਕਰਕੇ ਅਸੀਂ ਜਦੋਂ ਦਖਲ ਲੈਣਾ ਉਸੇ ਦਿਨ ਹੀ ਦੱਸਣਾ ਹੁੰਦਾ ਪਹਿਲਾਂ ਜੇ ਆਪਾਂ ਲੀਕ ਆਊਟ ਕਰ ਦਈਏ ਗੱਲ ਤੇ ਫਿਰ ਕਈ ਤਰ੍ਹਾਂ ਦੇ ਹੱਥ ਕੰਨੇ ਅਪਣਾਉਂਦੇ ਆਪਾਂ ਚਾਹੁੰਦੇ ਹਾਂ ਵੀ ਇਹ ਸਿਕਿਉਰਿਟੀ ਜਿਹੜੀ ਆ ਲੀਕ ਨਾ ਹੋਵੇ ਤੇ ਆਉਣ ਵਾਲੇ ਸਮੇਂ ਜਿੱਥੇ ਆਪਾਂ ਦਖਲ ਲੈਣਾ ਉੱਥੇ ਭਰਾਵਾਂ ਨੂੰ ਅਸੀਂ ਆਵਾਜ਼ ਮਾਰ ਕੇ ਦੱਸ ਕੇ ਤੁਹਾਨੂੰ ਵੀ ਅੱਜ ਅਸੀਂ ਰੋਪੜ 'ਚ ਲੈਣਾ ਦਖਲ ਜਾਂ ਮੋਹਾਲੀ 'ਚ ਲੈਣਾ ਦਖਲ ਜਿੱਥੇ ਵੀ ਦਖਲ ਲਵਾਂਗੇ ਆਪਦੇ ਪ੍ਰੈਸ ਵਾਲੇ ਭਰਾਵਾਂ ਨੂੰ ਉਸੇ ਵੇਲੇ ਮੌਕੇ 'ਤੇ ਸੱਦ ਕੇ ਦੱਸਾਂਗੇ ਦੇਖੋ ਜ਼ਮੀਨ ਤੇ ਪੰਚਾਇਤ ਦੀ ਆ ਉਹ ਆਪ ਪਹਿਲਾਂ ਕਹੀ ਜਾਂਦੇ ਸਾਡੀ ਜ਼ਮੀਨ ਪੂਰੀ ਕਰ ਦਿਓ ਹੁਣ ਐਂਡ ਤੇ ਆਉਂਦੇ ਸਾਡੇ ਤੋਂ ਠੇਕਾ ਲੈ ਲਓ ਤੇ ਅਸੀਂ ਤੇ ਆਪ ਕਹਿੰਦੇ ਆ ਵੀ ਠੇਕਾ ਦੇਣ ਤੇ ਠੇਕਾ ਦੇ ਕੇ ਵਾਲਣ ਪੈਲੀਏ ਚੋਂ ਅਸੀਂ ਕਿਸੇ ਨੂੰ ਡੱਕਦੇ ਪਰ ਉਹ ਕਹਿੰਦੇ ਕਣਕ ਖੜਕ ਖੜੀ ਦੇ ਵਿੱਚ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਜਿੱਦਾਂ ਇਤਲਾਹ ਦਿੱਤੇ ਬਿਨਾਂ ਕਹਿੰਦੇ ਇਤਲਾਹ ਵੀ ਨਹੀਂ ਦਿੱਤੀ ਤੇ ਖੜੀ ਸੱਤ ਦਿਨ ਹੋ ਗਏ ਮਿੰਤੀ ਹੋਣ ਦੀ ਆ ਦੱਸਿਆ ਕਿਉਂ ਨਹੀਂ ਗਾ ਮਿੰਤੀ ਹੋ ਗਿਆ ਨਿਸ਼ਾਨੀਆਂ ਲੱਗੀਆਂ ਆਹ ਵੇਖੋ ਨਿਸ਼ਾਨੀਆਂ ਲੱਗੀਆਂ